ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਬਿਗ ਬ੍ਰੇਕਿੰਗ ਨਿਊਜ਼ ਆ ਸਕੇ ਦੋ ਭਰਾਵਾਂ ਨੂੰ ਇਸ ਤਰ੍ਹਾਂ ਕੋਹ ਕੋਕੇ ਮਿਲੀ ਮੌਤ ਕੇ ਹਰ ਪਾਸੇ ਛਾਇਆ ਸੋਗ ਪੂਰੀ ਵੀਡੀਓ ਦੋਸਤੋ ਅੰਤ ਤੱਕ ਦੇਖਿਓ ਵੱਡੀ ਦੁਖਦਾਈ ਖਬਰ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸਭ ਤੋਂ ਪਹਿਲਾਂ ਤੁਹਾਨੂੰ ਦੋਵਾਂ ਪ੍ਰਾਵਾਂ ਦੀ ਫੋਟੋ ਦਿਖਾ ਦਿੰਨੇ ਆਂ ਜਿਨ੍ਹਾਂ ਦੋਵਾਂ ਸੱਕੇ ਪ੍ਰਾਵਾਂ ਨੂੰ ਕੋ-ਕੋ ਕੇ ਮੌਤ ਮਿਲੀ ਐ ਸੋ ਦੋਸਤੋ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਖਤਰਨਾਕ ਬਣੀ ਆ ਬੇਸ਼ੱਕ ਕਰੋਨਾ ਦੇ ਮਾਮਲੇ ਘਟ ਰਹੇ ਹਨ ਪਰ ਮੌਤਾਂ ਦਾ ਅੰਕੜਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜੇ ਦੇਸ਼ ਵਿੱਚ ਮੌਤਾਂ ਦਾ ਅੰਕੜਾ 3 ਲੱਖ ਤੋਂ ਪਾਰ ਹੋ ਚੁੱਕਾ ਹੈ ਇਸ ਮਹਾਮਾਰੀ ਨੇ ਕਈਆਂ ਨੂੰ ਆਪਣਿਆਂ ਤੋਂ ਦੂਰ ਕਰ ਦਿੱਤਾ ਸੋ ਦੋਸਤੋ ਜਿਨ੍ਹਾਂ ਲੋਕਾਂ ਨੇ ਆਪਣਿਆਂ ਨੂੰ ਗਵਾਇਆ ਹੈ ਉਹ ਇਸ ਦਰਦ ਤੋਂ ਸ਼ਾਇਦ ਹੀ ਕਦੇ ਉੱਪਰ ਸੱਕਣ ਹੁਣ ਮਹਾਰਾਸ਼ਟਰ ਦੇ ਪੂਨੇ ਵਿੱਚ ਅਜਿਹੀ ਹੀ ਦਿਲ ਝੰਝੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਮਹਿਜ 72 ਘੰਟਿਆਂ ਚੋਂ ਦੋ ਸੱਕੇ ਭਰਾਵਾਂ ਦੀ ਮੌਤ ਹੋ ਗਈ ਪੂਨੇ ਦੇ ਵਿੱਚ ਪਿੰਪਰੀ ਚੰਚਵਾੜ ਦੇ ਅਕੁਰਦੀ ਇਲਾਕੇ ਚ ਦੋ ਸੱਕੇ ਭਰਾਵਾਂ ਦੀ ਕਰੋਨਾ ਨਾਲ ਮੌਤ ਹੋ ਗਈ 28 ਸਾਲਾ ਅਦਿੱਤਿਆ ਵਿਜੇ ਯਾਦਵ ਤੇ 25 ਸਾਲਾ ਅਪੂਰਵ ਵਿਜੇ ਯਾਦਵ ਵੈਂਟੀਲੇਟਰ ਸਪੋਰਟ ਤੇ ਸਨ ਤੇ ਉਹਨਾਂ ਨੂੰ ਕੋਵਿਡ ਨਮੂਨੀਆਂ ਹੋਇਆ ਸੀ ਇੰਨਾ ਹੀ ਨਹੀਂ ਉਹਨਾਂ ਦੇ ਕੋਵਿਡ ਪੀੜਤ ਪਿਤਾ ਵੀ ਇਲਾਜ ਚੱਲ ਰਿਹਾ ਹੈ ਹਸਪਤਾਲ ਚ ਉਹ ਵੀ ਆਪਣੇ ਦੋਹਾਂ ਪੁੱਤਾਂ ਦੀ ਉਡੀਕ ਕਰ ਰਹੇ ਹਨ ਉਹਨਾਂ ਨੂੰ ਅਜੇ ਤੱਕ ਦੋਹਾਂ ਪੁੱਤਾਂ ਦੀ ਮੌਤ ਦੀ ਖਬਰ ਨਹੀਂ ਦਿੱਤੀ ਗਈ ਅਦਿੱਤਿਆ ਦਾ ਵਿਆਹ 1 ਸਾਲ ਪਹਿਲਾਂ ਹੋਇਆ ਸੀ ਜਦਕਿ ਅਪੂਰਵ ਦਾ ਅਜੇ ਵਿਆਹ ਨਹੀਂ ਹੋਇਆ ਸੀ ਅਪੂਰਵ 1 ਮਈ ਨੂੰ ਪਤਾ ਲੱਗਾ ਕਿ ਕੋਵਿਡ ਪੋਜ਼ਿਟਿਵ ਹੈ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਮਰਹੂਮ ਪ੍ਰਮਾਨ ਬਾਰੇ ਹਿਮੰਤ ਕੁੰਡੇ ਨੇ ਕਿਹਾ ਕਿ ਅਪੂਰਵ ਪੂਨੇ ਨਗਰ ਨਿਗਮ ਚ ਫਰੰਟ ਲਾਈਨ ਯੋਧੇ ਵਜੋਂ ਕੰਮ ਕਰਦਾ ਸੀ ਮਹਾਮਾਰੀ ਦੇ ਕਾਰਨ ਅਪੂਰਵ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰ ਮਾਤਾ ਪਿਤਾ ਪਰਾ ਤੇ ਭਰਾ ਦੀ ਪਤਨੀ ਵੀ ਕੋਵਿਡ ਪੋਜ਼ਿਟਿਵ ਆਏਗਾ ਦੱਸਿਆ ਜਾ ਰਿਹਾ ਕਿ ਅਪੂਰਵ ਸ਼ੁਰੂ ਤੋਂ ਠੀਕ ਸਨ ਪਰ ਬਾਅਦ ਦੇ ਵਿੱਚ ਉਹਨਾਂ ਦਾ ਆਕਸੀਜਨ ਦਾ ਪੱਧਰ ਹੀਟਾ ਚਲਾ ਗਿਆ ਜਿਸ ਕਾਰਨ ਉਹਨਾਂ ਨੂੰ ਆਕਸੀਜਨ ਵੈਂਟੀਲੇਟਰ ਸਪੋਰਟ ਤੇ ਰੱਖਿਆ ਗਿਆ ਉਧਰ ਅਦਿੱਤਿਆ ਨੇ ਹਸਪਤਾਲ ਦੇ ਵਿੱਚ ਵੈਂਟੀਲੇਟਰ ਸਪੋਰਟ ਤੇ ਸੀ ਤੇ 72 ਘੰਟਿਆਂ ਦੇ ਵਿੱਚ ਹੀ ਦੋਹਾਂ ਭਰਾਵਾਂ ਦੀ ਮੌਤ ਹੋ ਗਈ ਹੱਸ ਦਾ ਵਸ ਦਾ ਪਰਿਵਾਰ ਉਜੜ ਗਿਆ ਸੋ ਦੋਸਤੋ ਦੋਹਾਂ ਵੀਰਾਂ ਦੀ ਮੌਤ ਲਈ ਬਾਦ ਆਤਮਿਕ ਸ਼ਾਂਤੀ ਲਈ ਕਮੈਂਟ ਸੈਕਸ਼ਨ ਚ ਵਾਹਿਗੁਰੂ ਜ਼ਰੂਰ ਲਿਖੋ ਧੰਨਵਾਦ